मॉर्निंग स्टूडेंट, हाउ आर यू बेटा? अच्छा बेटा, सारे बच्चे सवेरे उठ के ब्रश करते होंगे? तुहानू पता जिहड़े बच्चे ब्रश नहीं करते उन्हां नाल की हुंदा आ? उन्हां दे दंदां नू कीड़े लग जांदे ने। की हुंदा आ? उन्हां दे दंद खराब हो जांदे ने ते उन्हां नू फिर डॉक्टर कोल लैके जाना पैंदा आ। उन्हां दे कई इंजैक्शन लगते ने, फिर उन्हां दे दंद टुटने शुरू हो जांदे ने। इस करके आपां नू सारिआं नू दंदां दी सफाई रखनी चाहीदी आ। रोज़ दिन च दो बारी ब्रश करना चाहीदा आ। ओके बेटा, चलो अज मैं तुहानू एक स्टोरी सुनांदी आ, एक मुंडे दी जिहड़ा कि अपने दंदां नू ब्रश नहीं करदा सी, फिर उहदे नाल की होया। शुरू करिए स्टोरी। एक बार ना एक मुंडा सी, उहदा नाम सी दंतु। की नाम सी? दंतु। ओह ना रोज़ ना ब्रश नहीं करदा सीगा। की नहीं करदा सी? एक दिन ना रात नू सुत्ता पिया सीगा। की क्या की पिया सी? ਉਹ ਨਾ ਸੁੱਤਾ ਪਿਆ ਸੀ। ਉਹਨੂੰ ਨਾ ਇੱਕ ਸੁਪਨਾ ਆਇਆ। ਸੁਪਨੇ ਦੇ ਵਿੱਚ ਪਤਾ ਕੀ ਹੁੰਦਾ ਆ, ਉਹਦੇ ਨਾ ਜਿਹੜੇ ਦੰਦ ਹੁੰਦੇ ਆ, ਦੰਦਾਂ ਦੇ ਵਿੱਚ ਬਹੁਤ ਸਾਰੇ ਕੀੜੇ ਚੱਲਣ ਲੱਗ ਜਾਂਦੇ ਆ, ਉਹਦੇ ਦੰਦ ਕਾਲੇ ਹੋ ਜਾਂਦੇ ਆ। ਉਹ ਨਾ ਬਹੁਤ ਫਿਰ ਨਾ ਜਦੋਂ ਉਹਨੂੰ ਸੁਪਨੇ ਦੇ ਵਿੱਚ ਦੰਦਾਂ ਦੇ ਵਿੱਚ ਕੀੜੇ ਚੱਲਣ ਲੱਗ ਜਾਂਦੇ, ਉਹ ਡਰ ਜਾਂਦਾ ਆ। ਉਹਦੇ ਨਾ ਦੰਦ ਨਾ ਦੁਖਣ ਵੀ ਲੱਗ ਜਾਂਦੇ ਆ ਅਤੇ ਨਾ ਉਹਨੂੰ ਫਿਰ ਬੜਾ ਡਰ ਲੱਗਣ ਲੱਗ ਜਾਂਦਾ, ਹਾਏ ਮੇਰੇ ਦੰਦਾਂ ਦੇ ਵਿੱਚ ਕੀੜੇ ਚੱਲਣ ਲੱਗ ਗਏ, ਹੁਣ ਮੈਂ ਕੀ ਕਰਾਂ, ਮੈਂ ਕੀ ਕਰਾਂ। ਉਹ ਨਾ ਉੱਚੀ ਉੱਚੀ ਰੌਲਾ ਪਾਉਣ ਲੱਗ ਜਾਂਦਾ ਆ। ਪਰ ਉਹਦੀ ਨਾ ਉਹ ਸੁੱਤਾ ਪਿਆ ਹੁੰਦਾ, ਸੁਪਨਾ ਦੇਖਦਾ ਹੁੰਦਾ, ਅਸਲ ਵਿੱਚ ਉਹਦੀ ਆਵਾਜ਼ ਨਹੀਂ ਨਿਕਲਦੀ ਹੁੰਦੀ। ਉਹ ਸੁਪਨੇ ਦੇ ਵਿੱਚ ਹੀ ਆਪਣੇ ਦੰਦਾਂ ਦੇ ਵਿੱਚ ਕੀੜੇ ਲੱਗੇ ਦੇਖ ਕੇ ਡਰਦਾ ਰਹਿੰਦਾ ਆ। ਫਿਰ ਨਾ ਕੀ ਹੁੰਦਾ ਆ ਕਿ ਉਹ ਫਟਾਫਟ ਨਾ ਜਦੋਂ ਉਹ ਇੱਕ ਬ੍ਰਸ਼ ਆ ਜਾਂਦਾ ਆ, ਇੱਕ ਉਹਦਾ ਪੇਸਟ ਆ ਜਾਂਦਾ ਆ, ਅਤੇ ਉਹ ਬ੍ਰਸ਼ ਅਤੇ ਪੇਸਟ ਆ ਕੇ ਨਾ ਫਟਾਫਟ ਉਹਦੇ ਦੰਦਾਂ ਦੇ ਵਿੱਚ ਨਾ ਬ੍ਰਸ਼ ਕਰਨ ਲੱਗ ਜਾਂਦਾ ਆ, ਦੰਤੂ ਦੇ ਦੰਦਾਂ ਦੇ ਵਿੱਚ। ਆਹ ਦੇਖੋ, ਦੰਦਾਂ ਦੇ ਵਿੱਚ ਆ ਕੇ ਨਾ ਬ੍ਰਸ਼ ਕਰਨ ਲੱਗ ਗਿਆ ਹੈ ਨਾ। ਫਿਰ ਕੀ ਹੁੰਦਾ, ਫਟਾਫਟ ਸਾਰੇ ਜਿਹੜੇ ਕੀਟਾਣੂ ਹੁੰਦੇ ਆ, ਕੀੜੇ ਹੁੰਦੇ ਆ, ਉਹ ਭੱਜ ਜਾਂਦੇ ਆ। ਕੀ ਹੁੰਦਾ ਆ? ਜਦੋਂ ਆਪਣੇ ਦੰਦਾਂ ਨੂੰ ਬ੍ਰਸ਼ ਜਦੋਂ ਬ੍ਰਸ਼ ਆ ਕੇ ਨਾ ਪੇਸਟ ਲਗਾ ਕੇ ਦੰਤੂ ਦੇ ਦੰਦਾਂ ਨੂੰ ਬ੍ਰਸ਼ ਕਰਦਾ, ਤਾਂ ਸਾਰੇ ਹੀ ਜਿਹੜੇ ਕੀੜੇ ਹੁੰਦੇ ਭੱਜ ਜਾਂਦੇ ਆ, ਅਤੇ ਹੁਣ ਨਾ ਉਹ ਬਿਲਕੁਲ ਠੀਕ ਹੋ ਜਾਂਦਾ। ਫਿਰ ਦੰਤੂ ਦੀ ਅਤੇ ਉਹ ਬ੍ਰਸ਼ ਦੀ ਦੋਸਤੀ ਹੋ ਜਾਂਦੀ ਆ, ਅਤੇ ਫਿਰ ਜਿਹੜਾ ਬ੍ਰਸ਼ ਹੁੰਦਾ ਅਤੇ ਪੇਸਟ ਹੁੰਦਾ, ਉਹ ਦੰਤੂ ਨੂੰ ਕਹਿੰਦਾ ਕਿ ਦੇਖ, ਅਤੇ ਅੱਜ ਮੈਂ ਤੈਨੂੰ ਬਚਾ ਲਿਆ ਆ, ਪਰ ਅੱਗੇ ਤੋਂ ਮੈਂ ਤੈਨੂੰ ਨਹੀਂ ਬਚਾਵਾਂਗਾ। ਜੇ ਤੂੰ ਰੋਜ਼ ਆਪਣੇ ਦੰਦਾਂ ਨੂੰ ਬ੍ਰਸ਼ ਕਰੂੰਗਾ ਪੇਸਟ ਲਗਾ ਕੇ ਦਿਨ 'ਚ ਦੋ ਵਾਰ ਤਿੰਨ ਵਾਰ, ਤਾਂ ਮੈਂ ਤੇਰੀ ਹੈਲਪ ਕਰੂੰਗਾ, ਤੇਰੇ ਦੰਦਾਂ ਨੂੰ ਸੁਰੱਖਿਅਤ ਰੱਖੂੰਗਾ। ਠੀਕ ਹੈ ਬੇਟਾ, ਸਾਰਿਆਂ ਨੂੰ ਸਮਝ ਲੱਗ ਗਈ ਨਾ ਸਟੋਰੀ? ਉਹ ਮੁੰਡਾ ਬ੍ਰਸ਼ ਨਹੀਂ ਕਰਦਾ ਸੀ, ਫਿਰ ਉਹਦੇ ਦੰਦਾਂ ਨੂੰ ਕੀੜੇ ਲੱਗ ਗਏ। ਇਸ ਕਰਕੇ ਸਾਰੇ ਬੱਚਿਆਂ ਨੇ ਰੋਜ਼ ਬ੍ਰਸ਼ ਕਰਕੇ ਆਉਣਾ ਆ। ਓਕੇ ਬੇਟਾ, ਹੁਣ ਦੰਤੂ ਅਤੇ ਬ੍ਰਸ਼ ਅਤੇ ਪੇਸਟ ਦੋਸਤ ਬਣ ਜਾਂਦੇ ਆ। ਹੁਣ ਦੰਤੂ ਰੋਜ਼ ਹੀ ਬ੍ਰਸ਼ ਕਰਨ ਲੱਗ ਜਾਂਦਾ ਆਪਣੇ ਦੰਦਾਂ ਨੂੰ, ਤਾਂ ਖੁਸ਼ੀ ਖੁਸ਼ੀ ਰਹਿੰਦਾ ਆ, ਉਹਨੂੰ ਡਾਕਟਰ ਕੋਲ ਜਾਣ ਦੀ ਵੀ ਲੋੜ ਨਹੀਂ ਪੈਂਦੀ। ਓਕੇ ਬੇਟਾ, ਸਾਰਿਆਂ ਨੂੰ ਅੱਛੀ ਲੱਗੀ ਇਹ ਸਟੋਰੀ? ਵੈਰੀ ਗੁੱਡ, ਕਲੈਪਿੰਗ ਕਰ ਦਿਓ ਸਾਰੇ ਆਪਣੇ।